ਹੁਣ ਇਹ ਤੇ ਆਪਾਂ ਸੁਣ ਲਿਆ ਵੀ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ, ਜੋਰਾਵਰ ਸਿੰਘ ਜੀ ਸਾਹਿਬਜ਼ਾਦਾ, ਬੋਲੋ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੀਹਾਂ 'ਚ ਖੜ ਗਏ, ਨੀਹਾਂ 'ਚ ਖੜ ਗਏ ਜੀ, ਮਨ ਨਹੀਂ ਡੋਲਿਆ, ਚੜ੍ਹਦੀ ਕਲਾ 'ਚ ਰਹੇ। ਹੁਣ ਗੱਲ ਕਿਸ ਕਿਸ ਟੌਪਿਕ ਤੇ ਹੋਣੀ ਚਾਹੀਦੀ ਹੈ? ਸ਼ਹੀਦੀ ਦੀ ਗੱਲ ਤੇ ਹੋਵੇ, ਪਰ ਸਾਨੂੰ ਇਸ ਇਹ ਸਮਝਾਓ ਵੀ ਸਾਹਿਬਜ਼ਾਦਿਆਂ ਵਾਲੀ ਦ੍ਰਿੜਤਾ ਸਾਡੇ 'ਚ ਕਿਵੇਂ ਆਵੇ, ਇਹਦੇ ਤੇ ਗੱਲ ਹੋਣੀ ਚਾਹੀਦੀ। ਵੀ ਤਾਰੂ ਸਿੰਘ ਨੇ ਤੇ ਖੋਪਰੀ ਲਵਾ ਲਈ, ਉਹ ਖੋਪਰੀ ਲਹਾਉਣ ਵਾਲਾ ਜਜ਼ਬਾ ਉਹਦੇ 'ਚ ਕਿਵੇਂ ਆਇਆ ਸੀ, ਇਹ ਇਹਦੇ ਬਾਰੇ ਗੱਲ। ਤਾਂ ਜੇ ਇਹਦੇ ਬਾਰੇ ਗੱਲ ਹੋਣ ਲੱਗੇਗੀ ਫਿਰ ਤਾਰੂ ਸਿੰਘ ਹੋਰ ਵੀ ਜੰਮਣਗੇ। ਇਸ ਟੌਪਿਕ ਤੇ ਗੱਲ ਨਹੀਂ ਹੋਈ, ਮੁੜ ਕੇ ਤਾਰੂ ਸਿੰਘ ਵਰਗਾ ਨਹੀਂ ਜੰਮਿਆ, ਮੁੜ ਕੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਿਉਂ ਨਹੀਂ ਪੈਦਾ ਹੋ ਰਿਹਾ? ਹੁਣ ਸਾਡੇ ਘਰਾਂ ਵਿੱਚ, ਮਾਫ਼ ਕਰਨਾ ਇਹ ਲਫ਼ਜ਼ ਕਹਿ ਦਿਆਂ, ਹੁਣ ਐਕਟਰ ਐਕਟਰ ਕਿਉਂ ਜੰਮ ਰਹੇ ਆ, ਹੁਣ ਕਲਾਕਾਰ ਕਿਉਂ ਜੰਮ ਰਹੇ ਨੇ? ਨਿੱਕਾ ਜਿਹਾ ਨਿਆਣਾ 3 ਸਾਲ ਦਾ ਕਿਉਂ ਭੰਗੜਾ ਪਾਉਂਦਾ? 3 ਸਾਲ ਦਾ ਬੱਚਾ ਕਲਾਕਾਰ ਕਿਵੇਂ ਬਣ ਗਿਆ? 3 ਸਾਲ ਦਾ ਗਾਣੇ ਗੁਣੇ ਗਾਉਣ ਲੱਗ ਪਿਆ, ਘਰ ਘਰ ਕਲਾਕਾਰ ਜੰਮਦੇ ਆ, ਮੁੜ ਕੇ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਿਉਂ ਨਹੀਂ ਜੰਮਿਆ, ਕਿਉਂ ਨਹੀਂ ਜੰਮਿਆ ਭਲਾ? ਕਾਰਨ ਇਹ ਹੈ, ਇਸ ਟੌਪਿਕ ਤੇ ਗੱਲ ਹੀ ਨਹੀਂ ਹੋਈ ਵੀ ਜੋਰਾਵਰ ਸਿੰਘ ਫਤਿਹ ਸਿੰਘ ਬਣੀ ਦਾ ਕਿਵੇਂ ਹੈ। ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਗੱਲ ਹੁੰਦੀ ਹੈ, ਉਹ ਬਣੇ ਕਿਵੇਂ ਸੀ, ਇਸ ਟੌਪਿਕ ਤੇ ਗੱਲ ਨਹੀਂ ਹੁੰਦੀ। ਤੇ ਜੇ ਜੇ ਬਣੇ ਪੁੱਛੋਗੇ ਤੁਸੀਂ, ਬਣੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਪੁੱਛੋ ਵੀ ਤੁਸੀਂ ਏਦਾਂ ਕਿਵੇਂ ਬਣੇ ਸੀ, ਤੇ ਸਾਨੂੰ ਪਤਾ ਜਵਾਬ ਕੀ ਦੇਣਗੇ? ਇਹ ਕਹਿਣਗੇ, ਉਹ ਗੁਰਸਿੱਖਾ ਸਾਡੇ ਪਿਤਾ ਜੀ ਨੇ ਸਾਨੂੰ ਬਾਣੀ ਬਹੁਤ ਪੜ੍ਹਾਈ ਸੀ, ਆਖੋ ਸਤਿਨਾਮ। ਇਹ ਜਵਾਬ ਹੈ, ਇਹ ਜਵਾਬ ਹੈ, ਸਾਡੇ ਪਿਤਾ ਜੀ ਨੇ ਸਾਨੂੰ ਸਿਧਾਂਤ, ਗੁਰਮਤ ਦੇ ਸਿਧਾਂਤ ਦ੍ਰਿੜ ਕਰਾਏ ਸੀ। ਰੱਬ ਇੱਕ ਹੈ, ਹੋਰ ਇੱਥੇ ਕੋਈ ਸ਼ਕਤੀ ਨਹੀਂ। ਸਾਡੇ ਦਿਮਾਗ ਵਿੱਚ ਬੈਠੀ ਹੋਈ ਸੀ ਗੱਲ, ਇਹ ਸਾਡੇ ਦਿਮਾਗ 'ਚ ਪਾਇਆ ਸੀ ਉਹਨਾਂ ਨੇ। ਮਨ ਤੂੰ ਜੋਤ ਸਰੂਪ ਹੈ, ਸਰੀਰ ਮਰਦਾ ਅੰਦਰਲਾ ਨਹੀਂ ਮਰਦਾ, ਇਹ ਸਾਨੂੰ ਸਾਡੇ ਪਿਤਾ ਜੀ ਨੇ ਸਮਝਾਇਆ ਹੋਇਆ ਸੀ, ਸਾਡੇ ਪਿਤਾ ਨੇ ਸਾਨੂੰ ਸਭ ਦੱਸਿਆ ਹੋਇਆ ਸੀ। ਆਪਾਂ ਫਿਰ ਆਪਾਂ ਅੱਗੇ ਉਹਨਾਂ ਦੇ ਬਹਿ ਕੇ ਪਤਾ ਕੀ ਕਹਾਂਗੇ, ਸੁਣਿਓ ਆਪਾਂ ਕੀ ਕਹਾਂਗੇ। ਆਪਾਂ ਇਹ ਕਹਾਂਗੇ, ਅੱਛਾ ਜੀ ਸਾਡੇ ਘਰੇ ਤੇ ਖੰਡ ਪਾਠ ਕਰਕੇ ਗਏ ਸੀ, ਸਾਰਾ ਪਾਠ ਹੀ ਲੰਘ ਗਿਆ, ਮੈਂ ਤੇ ਇੱਕ ਮਿੰਟ ਨਹੀਂ ਕੋਲ ਬਹਿ ਕੇ ਸੁਣਿਆ। ਉਹ ਕਹਿੰਦੇ ਨੇ ਅਸੀਂ ਤੇ ਸੁਣਦੇ ਹੀ ਬਾਣੀ ਸੀ, ਆਖੋ ਸਤਨਾਮ। ਹਾਂ, ਉਹ ਸਾਨੂੰ ਜਦੋਂ ਕਹਿਣਗੇ ਵੀ ਅਸੀਂ ਤੇ ਬਾਣੀ ਵੀ ਸੁਣਦੇ ਸੀ, ਆਪਾਂ ਆਪਾਂ ਕਹਾਂਗੇ ਮੈਂ ਤੇ ਕਮਰੇ ਵਿੱਚ ਵੀ ਨਹੀਂ ਵੜਿਆ, ਮੈਨੂੰ ਤੇ ਪਤਾ ਹੀ ਕੱਖ ਨਹੀਂ ਲੱਗਿਆ। ਹਾਂ, ਇੰਨਾ ਕੁ ਪਤਾ ਬਾ ਪਾਠ ਕਰਾਇਆ ਸੀ, ਸਰੂਪ ਸੀਸ ਤੇ ਲੈ ਆਏ ਸੀ ਚੱਕ ਕੇ ਘਰੇ ਗੁਰੂ ਸਾਹਿਬ ਪ੍ਰਕਾਸ਼ ਕਰਕੇ। ਜਦੋਂ ਭਾਈ ਨੇ 5 ਪੌੜੀਆਂ ਜਪਜੀ ਸਾਹਿਬ ਦੀਆਂ ਕਰਤੀਆਂ, ਪ੍ਰਸ਼ਾਦ ਲੈ ਕੇ ਆਪਾਂ ਬਾਹਰ ਨਿਕਲ ਗਏ ਸੀ, ਮਾਧ ਵਾਲੇ ਦਿਨ ਫੇਰ ਆਏ ਸੀ 5 ਕੁ ਮਿੰਟ ਅਰਦਾਸ ਕਰਨ ਵੇਲੇ, ਤੇ ਭੋਗ ਵਾਲੇ ਦਿਨ ਰੁਮਾਲਾ ਚੱਕ ਕੇ ਲੈ ਕੇ ਆਏ ਸੀ। ਬਾਕੀ ਉਹਨਾਂ ਨੇ ਕੀ ਪੜਿਆ ਕੀ ਸੁਣਾਇਆ, ਆਪੇ ਮੂੰਹ ਜੀ ਗੁਰਨ ਗੁਰਨ ਹੋਈ ਗਈ, ਸਾਨੂੰ ਤੇ ਪਤਾ ਹੀ ਕੱਖ ਨਹੀਂ ਲੱਗਿਆ, ਨਾ ਉਹਨਾਂ ਨੇ ਸੁਣਾਇਆ ਤੇ ਨਾ ਅਸੀਂ ਸੁਣਿਆ। ਅੱਛਾ, ਬਾਣੀ ਸੁਣਨੀ ਸੀ ਤਾਂ ਬਾਬਾ ਜੁਝਾਰ ਸਿੰਘ ਵਰਗਾ ਬਣ ਸਕਦਾ ਬੰਦਾ? ਅੱਛਾ, ਲੈ ਅਸੀਂ ਤੇ ਹੋਰ ਹੀ ਸਮਝੀ ਜਾਂਦੇ ਹਾਂ ਵੀ ਪਤਾ ਨਹੀਂ ਇੱਦਾਂ ਹੀ ਕੋਈ ਛੂਹ ਕਰਕੇ ਸ਼ਕਤੀ ਆ ਜਾਂਦੀ ਹੈ, ਉੱਤੋਂ ਹੀ ਆ ਜਾਂਦਾ ਕੁਝ ਪਤਾ ਨਹੀਂ। ਆਪਾਂ ਇੱਦਾਂ ਸੁਣਦੇ ਨਹੀਂ ਰਹੇ, ਨਿੱਕੇ ਨਿੱਕੇ ਹੁੰਦੇ ਨਾਟਕ ਵੇਖਦੇ ਸੀ,
ਵੀ ਇਦਾਂ ਦੇਵਤਾ ਜੀ ਪ੍ਰਗਟ ਹੋ ਗਏ ਤੇ ਭਗਤ ਇਦਾਂ ਜੀ ਹਾਂ ਦਸ ਭਗਤਾਂ ਬੋਲ ਬਈ ਉਹਨੇ ਫਿਰ ਵਰ ਮੰਗ ਲਿਆ ਕਰ ਦਿਓ ਜੀ ਆਹ ਕਰ ਦਿਓ ਫਿਰ ਇਦਾਂ ਹੱਥ ਕੀਤਾ ਇੱਥੋਂ ਸ਼ਕਤੀ ਨਿਕਲੀ ਛੂ ਉਹਦੇ ਸਿਰ 'ਚ ਵੜ ਕੇ ਜਾ ਗਿਆ ਸਾਨੂੰ ਲੱਗਦਾ ਵੀ ਪਤਾ ਨਹੀਂ ਇੱਦਾਂ ਕਿਤੇ ਸ਼ਕਤੀ ਆਊ ਸ਼ਕਤੀ ਤੇ ਉਹ ਬਈ ਉਹ ਵੇਖੋ ਸ਼ਕਤੀ ਸਿਰ 'ਚ ਲੈ ਜਾ ਇੱਥੇ ਉਹ ਸ਼ਕਤੀ ਆ ਸੱਚਾ ਗਿਆਨ ਪੜ ਸਮਝ ਇੱਕ ਇੱਕ ਨੁਕਤਾ ਵਿਚਾਰ ਵੇਖੋ ਨਾ ਤੁਸੀਂ ਕਹੋਗੇ ਵੀ ਇਦਾਂ ਕਿਵੇਂ ਸ਼ਕਤੀ ਪਈ ਹੈ ਵਕੀਲ ਬਣਨਾ ਹੈ ਦੇਖੋ ਨੌਜਵਾਨ ਬੱਚਿਆਂ ਨੂੰ ਪੁੱਛਦਾ ਦੇਖੋ ਵਕੀਲ ਬਣਨਾ ਹੈ ਅਗਲਾ ਕਹਿੰਦਾ ਹਾਂਜੀ ਬਣਨਾ ਹੈ ਉਹ ਪਈਆਂ ਨੇ ਉਹ ਕਿੰਨੀਆਂ ਕਿਤਾਬਾਂ ਪਈਆਂ ਨੇ ਵਕੀਲ ਕਿੱਥੇ ਪਿਆ ਫਿਰ ਕਿੱਥੇ ਪਿਆ ਵਕੀਲ ਪੜ ਕੱਲਾ ਕੱਲਾ ਦਿਮਾਗ ਚ ਬਾੜ ਡਾਕਟਰ ਬਣਨਾ ਹੈ ਉਹ ਪਈਆਂ ਨੇ ਕਿਤਾਬਾਂ ਪੜ੍ਹ ਲੈ ਇੱਕ ਇੱਕ ਪੁਆਇੰਟ ਨੂੰ ਸਮਝ ਜਾ ਤੇ ਬਣ ਜਾ ਹੁਣ ਪੁੱਛਦਾ ਬੰਨਾ ਬਾਬਾ ਜੋਰਾਵਰ ਸਿੰਘ ਬੰਨਾ ਬਾਬਾ ਫਤਿਹ ਸਿੰਘ ਬੰਨਾ ਭਾਈ ਤਾਰੂ ਸਿੰਘ ਬੰਨਾ ਬਾਬਾ ਦੀਪ ਸਿੰਘ ਲਓ ਸਾਹਮਣੇ ਗੁਰੂ ਸਾਹਿਬ ਜੀ ਬਿਰਾਜਮਾਨ ਨੇ ਇੱਕ ਇੱਕ ਕਨਸੈਪਟ ਪੜ੍ਹ ਲੈ ਸਮਝ ਲੈ ਤੇਰੇ ਵਿੱਚ ਬਾਬੇ ਦੀਪ ਸਿੰਘ ਵਾਲਾ ਜਜ਼ਬਾ ਨਾ ਆਇਆ ਤਾਂ ਕਹਿਦੀ ਤੇਰੇ ਵਿੱਚ ਉਹ ਦ੍ਰਿੜਤਾ ਜੇ ਨਾ ਆਈ ਤਾਂ ਕਹਿਦੀ ਉਹ ਜਜ਼ਬਾ ਜੇ ਤੇਰੇ 'ਚ ਨਾ ਆਇਆ ਤਾਂ ਕਹਿਦੀ ਉਹ ਜਜ਼ਬਾ ਇੱਥੋਂ ਆਉਂਦਾ ਹੈ ਤਾਰੂ ਸਿੰਘ ਦੀ ਗੱਲ ਹੋ ਰਹੀ ਹੈ ਤਾਰੂ ਸਿੰਘ ਬਣਦਾ ਕਿਵੇਂ ਹੈ ਇਹਦੇ ਬਾਰੇ ਗੱਲ ਕਰੋ ਇਹ ਤਾਂ ਸਮਝ ਆਏਗੀ ਜੇ ਗੁਰਮਤ ਦੀ ਗੱਲ ਦਿਮਾਗ 'ਚ ਵੜੇ ਪਿਉਂਦ ਕਰ ਦੇਣਗੇ ਗੁਰੂ ਸਾਹਿਬ ਤੈਨੂੰ ਦੱਸੋ ਭਲਾ ਇੱਧਰ ਵੇਖਿਓ ਧਿਆਨ ਨਾਲ ਫਿਰ ਗੱਲ ਪਕੜਿਓ ਜੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਵਰਗੇ ਨਹੀਂ ਬਣਾਤੇ ਗੁਰੂ ਸਾਹਿਬ ਨੇ ਜਿਨ੍ਹਾਂ ਨਾਲ ਗੱਲ ਕੀਤੀ ਜਿੱਦਣ ਮਾਧੋ ਦਾਸ ਵਿਰਾਗੀ ਨਾਲ ਗੱਲ ਕੀਤੀ ਸੀ ਪਤਾ ਨਹੀਂ ਕਿਹੜੀ ਮਾਂ ਦਾ ਜੰਮਿਆ ਸੀ ਕਿਹੜੇ ਕਿਹੜੇ ਪਿਤਾ ਦਾ ਜੰਮਿਆ ਸੀ ਪਿਉਂਦ ਗੁਰੂ ਸਾਹਿਬ ਨੇ ਆਪਣੀ ਉਹੀ ਚਾੜਤੀ ਪਿਉਂਦ ਕਰਤਾ ਬੇਰੀਆਂ ਨਹੀਂ ਪਿਉਂਦ ਕਰਦੇ ਉਹ ਗੋਲ ਜੇ ਬੇਰਾਂ ਵਾਲੀਆਂ ਪਿੰਦੀ ਬੇਰ ਲੱਗਣ ਲੱਗ ਜਾਂਦੇ ਆ ਉਹਨਾਂ ਨੂੰ ਜਦੋਂ ਪਿਉਂਦ ਹੋ ਜੇ ਪਿਉਂਦ ਹੋ ਗਿਆ ਆ ਗੁਰੂ ਸਾਹਿਬ ਨੇ ਜੰਮੇ ਆਪਾਂ ਪਤਾ ਨਹੀਂ ਕਿਹੜੇ ਮਾਂ ਪਿਓ ਦੇ ਆ ਹੁਣ ਤੇ ਕਹਿੰਦੇ ਮੇਰਾ ਦਾਦਾ ਮੇਰਾ ਪੜਦਾਦਾ ਦਾਦੇ ਦਾ ਦਾਦਾ ਸਾਡੇ ਵੱਡੇ ਵਡੇਰੇ ਸਭ ਗੁਰੂ ਗੁਰਬਾਣੀ ਪੜ੍ਹਨੀ ਸ਼ੁਰੂ ਕਰਦੇ ਇਹ ਇੱਥੇ ਉਹ ਜਿਵੇਂ ਕਲਮ ਜੀ ਨਹੀਂ ਲਾ ਦਿੰਦੇ ਇੱਥੇ ਸਿਰ 'ਚ ਉਹ ਗਾਂ ਹੋਰ ਹੀ ਕੁਝ ਬਣ ਜਾਂਦਾ ਤੂੰ ਰਵੇਂਗਾ ਆਹੀ ਬੰਦਾ ਇਹੀ ਰਹੇਗਾ ਤੂੰ ਹੱਥ ਪੈਰ ਇਹੀ ਰਹਿਣਗੇ ਮੂੰਹ ਮੱਥਾ ਇਹੀ ਰਹੇਗਾ ਉਹ ਫਿਰ ਸਬਾਕੀ ਤੇ ਸਾਰੇ ਇਦਾਂ ਵੇਖਣਗੇ ਵੀ ਹੁਣ ਇਹ ਕਰਦਾ ਕੀ ਹੈ ਆਖੋ ਸਤਨਾਮ ਪਿਉਂਦ ਕਰਦਾ ਇਹਨੂੰ ਪਿਉਂਦ ਕਰਦਾ ਬਾਕੀ ਦਾ ਸਾਰਾ ਸਾਰਾ ਲਾਣਾ ਬਾਣਾ ਤੇਰਾ ਵੇਖਦਾ ਹੀ ਰਹਿ ਜੂ ਇਹਨੂੰ ਇਹਨੂੰ ਕੀ ਕਰਦਾ ਇਹਨੂੰ ਗੁਰੂ ਨੇ ਪਿਉਂਦ ਕਰਦਾ ਅੱਛਾ ਸੁਣੋ ਹੋਰ ਗੱਲ ਕਰੀਏ ਵੀ ਜਿਹੜਾ ਉਹ ਜੈਲ ਜੀ ਲਾ ਕੇ ਵਾਲ ਜੇ ਤਾਂ ਜੇ ਇਹਨੂੰ ਕਰਕੇ ਜਿਵੇਂ ਕਰੰਟ ਲੱਗਿਆ ਹੋਵੇ ਆਪਣੇ ਆਂਢ ਗੁਆਂਢ ਜਿਹੜਾ ਨਿਆਣਾ ਐਂ ਜੇ ਆ ਜਾਂਦਾ ਸ਼ਰੀਕੇ ਜੇ ਆਪਣੇ ਸ਼ਰੀਕੇ ਚ ਐ ਜੇ ਤਾਂ ਜੀ ਜੈਲ ਜੀ ਲਾ ਕੇ ਪਾਟੀ ਜੀ ਅੱਧੀ ਕੁ ਪਾਟੀ ਜੀ ਗੋਡਿਆਂ ਕੋਲੋਂ ਪੈਂਟ ਜੀ ਪਾਇਆ ਵੇ ਤਾਂ ਜੇ ਇਹਨੂੰ ਐ ਜੈਲ ਜੀ ਕਰਕੇ ਵੀ ਕਰੰਟ ਲੱਗ ਗਿਆ ਜਿਵੇਂ ਏਦਾਂ ਜੇ ਆ ਜੇ ਤੇ ਫਿਰ ਉਹ ਲੱਗਦਾ ਨੀ ਵੀ ਆਹ ਜਿਹੜਾ ਗਾਇਕ ਜਾਂ ਜਿਹੜਾ ਭੁੜਕਦਾ ਜਾਂ ਫਿਰਦਾ ਜਿਹੜਾ ਵਾਲੀਆਂ ਜੀ ਵਾਲਾ ਲੈ ਪੁੱਤ ਸਾਡਾ ਸੀ ਪਰ ਪਿਉਂਦ ਇਹਨੇ ਕਰਤਾ ਚੰਦਰੇ ਨੇ ਪੁੱਤ ਤੇ ਸਾਡਾ ਸੀ ਪਿਉਂਦ ਵੇਖ ਲੈ ਕਿੰਨੇ ਕਰਤਾ ਪਿਉਂਦ ਚਾੜਦੀ ਨਾ ਬੰਦੇ ਨੇ ਆਪਣੇ ਗਾਇਕਾਂ ਨੇ ਪਿਉਂਦ ਚਾੜਦੀ
ਇਹਨਾਂ ਨੇ ਆਪਣਾ ਹੀ ਰੰਗ ਜਿਹਾ ਬਣਾਤਾ ਲੈ ਮੁੰਦਰ ਜੀ ਪਾ ਕੇ ਆ ਗਿਆ ਜੈਲ ਜੀ ਲਾ ਕੇ ਆ ਗਿਆ ਕੀ ਕੁਝ ਕਰਕੇ ਆ ਗਿਆ ਲੈ ਪੁੱਤ ਸਾਡਾ ਸੀ ਪਿਓ ਦੇ ਨੇ ਚੜਦਾ ਦਿਲ ਜਿੱਦਣ ਇੱਧਰ ਨੂੰ ਲੱਗਿਆ ਫਿਰ ਆਪਾਂ ਕਹਾਂਗੇ ਜੰਮਿਆ ਹੀ ਅਸੀਂ ਹੈ ਜੀ ਪਿਓ ਤੇ ਗੁਰੂ ਨੇ ਜੰਮਿਆ ਹੀ ਸਾਡਾ ਹੈ ਸਿੱਖਿਆ ਅਸੀਂ ਕੋਈ ਨਹੀਂ ਦਿੱਤੀ ਅਸੀਂ ਤੇ ਅਸੀਂ ਅਸੀਂ ਇੰਨੇ ਜੋਗੇ ਕਿੱਥੇ ਆ ਜੀ ਮੂਰਖ ਬੰਦੇ ਅਸੀਂ ਇੰਨੇ ਜੋਗੇ ਕਿੱਥੇ ਸਾਨੂੰ ਆਹ ਗੱਲ ਕਿੱਥੇ ਆਉਂਦੀ ਹੈ ਜਿਹੜੀ ਇਹ ਕਰ ਲੈਂਦਾ ਹੈ ਜੰਮਿਆ ਤੇ ਸਾਡਾ ਦੁੱਧ ਤੇ ਮਾਂ ਕਹੂ ਮੈਂ ਹੀ ਪਿਆਇਆ ਹੈ ਦੁੱਧ ਤੇ ਮੈਂ ਪਿਆਇਆ ਖੜਾਇਆ ਤੈਨੂੰ ਮੈਂ ਹੀ ਹੈ ਸਾਨੂੰ ਤਾਂ ਕੱਖ ਨਹੀਂ ਪਤਾ ਆਹ ਕਿਹਨੇ ਸਿਖਾਤਾ ਇਹਨੂੰ ਇਹ ਤੇ ਪਿਓਂਦ ਗੁਰੂ ਦਾ ਕੀਤਾ ਹੋਇਆ ਹੈ ਇਹ ਸਾਡਾ ਪਿਓਂਦ ਕੀਤਾ ਹੋਇਆ ਨਹੀਂ ਮੇਰੇ ਵੀਰੋ ਭਰਾਵੋ ਦੱਸੋ ਫਿਰ ਐਕਟਰਾਂ ਨੇ ਪਿਓਂਦ ਕਰਨਾ ਤੁਹਾਨੂੰ ਕਿ ਗੁਰੂ ਨੇ ਗੁਰੂ ਨੇ ਨੇੜੇ ਤੇ ਲੱਗੋ ਮਾੜਾ ਜਿਹਾ ਤੇ ਸਾਡੇ ਵਰਗੇ ਬਾਬਿਆਂ ਨੇ ਨੇੜੇ ਨਹੀਂ ਲੱਗਣ ਦਿੱਤਾ ਨਾ ਪਤਾ ਕੀ ਕਹਿਣਗੇ ਹੱਥ ਨਾ ਲਾਈ ਪਾਪ ਲੱਗ ਜੂ ਐ ਹੋ ਜੂ ਇਦਾਂ ਦੀਆਂ ਗੱਲਾਂ ਕਰਦੇ ਆ ਬਸ ਉਹ ਬਣਾਉਂਦੇ ਆ ਜੋ ਆਪ ਬਣਾਉਣਾ ਚਾਹੁੰਦੇ ਆ ਤੈਨੂੰ ਸਿੱਧਾ ਤੇ ਤੂੰ ਮੈਨੂੰ ਪੁੱਛੇਗਾ ਵੀ ਬਾਬਾ ਜੀ ਦੱਸਿਓ ਫਿਰ ਤੇ ਮੇਰੇ ਵਰਗਾ ਗਾਂ ਮਹਾਰਾਜ ਐ ਕਹਿੰਦੇ ਆਪ ਨੂੰ ਤੇ ਪਤਾ ਹੀ ਨਹੀਂ ਲੱਗਣਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਤੁਸੀਂ ਇੰਨੇ ਪੜੋ ਗੁਰਬਾਣੀ ਤੁਸੀਂ ਜੱਜ ਬਣਿਆ ਸਾਡੇ ਵਰਗਾ ਸਟੇਜ ਤੇ ਬਵੇ ਨਾ ਜਦੋਂ ਤੇ ਤੁਸੀਂ ਬਹਿ ਕੇ ਜੱਜ ਬਣ ਕੇ ਬਾਤ ਕਰਿਆ ਕਰੋ ਤੇ ਜਦੋਂ ਮੇਰੇ ਵਰਗਾ ਗਲਤ ਬੋਲੇ ਉਸ ਤੋਂ ਬਾਅਦ ਉਹਨੂੰ ਜ਼ਰੂਰ ਕਿਹਾ ਕਰੋ ਵੀ ਆਹ ਗੱਲ ਐ ਸੀ ਗਲਤ ਸੁਣਾਈ ਗੁਰਬਾਣੀ ਦੀ ਜੱਜ ਬਣੋ ਜੱਜ ਤੁਹਾਨੂੰ ਸਾਡੇ ਵਰਗਿਆਂ ਦਾ ਪਤਾ ਲੱਗਣਾ ਚਾਹੀਦਾ ਅਸੀਂ ਸਟੇਜ ਤੇ ਜਦੋਂ ਬੈਠਦੇ ਇੰਨੀ ਸਮਝ ਵਧਾਓ ਆਪਣੀ ਇੰਨਾ ਤੁਹਾਡਾ ਤਜਰਬਾ ਹੋਣਾ ਚਾਹੀਦਾ ਗੁਰੂ ਦੇ ਸਿੱਖਾਂ ਦਾ ਤੁਸੀਂ ਬੰਦਾ ਪੂਜਕ ਨਾ ਬਣਿਓ ਕਦੀ ਤੁਸੀਂ ਗਿਆਨ ਦੇ ਪੁਜਾਰੀ ਬਣਿਓ ਪਰਮਾਤਮਾ ਦੇ ਪੁਜਾਰੀ ਬਣਿਓ ਬੰਦੇ ਤੇ ਬੰਦਿਆਂ ਵਰਗੇ ਹੀ ਹੁੰਦੇ ਆ ਜੀ ਮਾਫ ਕਰਨਾ ਆਪਾਂ ਸਾਰੇ ਬੰਦੇ ਬੰਦਿਆਂ ਵਰਗੇ ਹੀ ਹੈ ਬਸ ਵਰਤ ਲਿਆ ਇਹਨੂੰ ਵਰਤ ਲਓ ਆ ਨਹੀਂ ਤੇ ਇਦਾਂ ਹੀ ਸੜ ਜਾਣਾ ਜੀ ਆ ਜਿਹੜੇ ਸਾਇੰਟਿਸਟ ਨੇ ਕਹਿੰਦੇ ਆ ਜੀ ਵੀ 20% ਵੱਡੇ ਤੋਂ ਵੱਡਾ ਜਿਹੜਾ ਬੰਦਾ ਬਹੁਤਾ ਹੀ ਦਿਮਾਗੀ ਹੈ 20% ਵਰਤਦਾ ਬਾਕੀ ਤੇ 12-13% ਹੀ ਵਰਤਦੇ ਆ ਦਿਮਾਗ 12-13% ਤੋਂ ਵੱਧ ਵਰਤਦੇ ਨਹੀਂ ਇਦਾਂ ਹੀ ਸੜਦਾ ਇਦਾਂ ਖਜ਼ਾਨਾ ਬਾਕੀ ਤੇ ਇਦਾਂ ਹੀ ਸੰਸਕਾਰ ਹੋ ਜਾਣਾ ਭਾਈ ਬਾਕੀ ਨਹੀਂ ਵਰਤਦੇ ਇਦਾਂ ਹੀ ਸੜੂ ਇਹਨੂੰ ਲੈਣੇ ਤੇ ਜੇ ਕਿਤਾਬਾਂ ਲੈ ਆਵੇਂ ਗ੍ਰੰਥ ਲੈ ਆਵੇਂ ਗੁਰਬਾਣੀ ਘਰ ਚ ਪੜ੍ਹਨ ਲੱਗੇ ਵੇਖੀ ਫਿਰ ਖੁੱਲ ਜਾਣਾ ਇਹਨੇ ਜਿਹੜਾ ਜਿੰਦਰੇ ਲੱਗੇ ਪਏ ਸੀ ਬੰਦ ਪਿਆ ਖੁੱਲਣ ਲੱਗ ਜੂ ਜਦੋਂ ਖੁੱਲ ਗਿਆ ਹੈਰਾਨ ਹੋ ਜਾਏਗਾ ਵੀ ਐਡਾ ਖਜ਼ਾਨਾ ਮੇਰੇ ਅੰਦਰ ਹੀ ਸੀ ਮੈਨੂੰ ਪਤਾ ਹੀ ਨਹੀਂ ਵਰਤਣਾ ਹੀ ਨਹੀਂ ਆਇਆ ਚਾਬੀ ਨਹੀਂ ਸੀ ਅਨਹਦ ਬਾਣੀ ਕੁੰਜੀ ਸੰਤਨ ਹੱਥ ਰਾਖੀ ਕੁੰਜੀ ਸੰਗਤ ਵਿੱਚ ਆ ਕੇ ਫਿਰ ਉਹ ਖੁੱਲਣੇ ਸ਼ੁਰੂ ਹੋਣੇ ਨੇ ਜਿੰਦਰੇ ਜਿਸ ਕਰਕੇ ਸਿੰਘੋ ਗੁਰਮੁਖੋ ਪਿਆਰਿਓ ਸਮਝਣਾ ਸ਼ੁਰੂ ਕਰ ਦਿਓ ਫਿਰ ਵੇਖਿਓ ਉਹ ਦ੍ਰਿੜਤਾ ਉਹ ਪਰਪੱਕਤਾ ਉਹ ਹਿੰਮਤ ਫਿਰ ਆਉਣੀ ਸ਼ੁਰੂ ਹੋ ਜਾਏਗੀ ਉਹ ਜਜ਼ਬਾ ਆਉਣਾ ਸ਼ੁਰੂ ਹੋ ਜਾਏਗਾ ਫਿਰ ਦਲੇਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਕਦੋਂ ਜਦੋਂ ਗੁਰਬਾਣੀ ਨਾਲ ਅਸੀਂ ਜੁੜੇ ਰਹਿੰਦੇ ਹਾਂ ਗੁਰਬਾਣੀ ਦੀ ਵਿਚਾਰ ਅਸੀਂ ਸਮਝਦੇ ਰਹਿੰਦੇ ਹਾਂ।